ਭਗਵੰਤ, ਅੱਜ ਪੰਜਾਬ ਦਾ ਹੋ ਕੇ ਇਕੱਲੀ ਪੱਗ ਰਹਿ ਗਈ ਹੈ ਸਿਰ 'ਤੇ, ਅੰਦਰੋਂ ਧਰਮ ਨੇ ਬਦਲਾ ਲਿਆ ਅਤੇ ਇਹ ਪੰਜਾਬ ਦਾ ਮੁੱਖ ਮੰਤਰੀ ਅੱਜ ਕੇਂਦਰ ਦੇ ਨਾਲ ਜਾ ਕੇ ਖੜਾ ਹੋ ਗਿਆ। ਇਹ ਮੋਰਚਾ ਜਿਹੜਾ ਇਹ ਕਾਮਰੇਡਾਂ ਦਾ ਨਹੀਂ, ਇਹ ਮੋਰਚਾ ਕੌਮ ਦਾ, ਸਿੱਖ ਕੌਮ ਦਾ। ਕਿਤੇ ਤੁਸੀਂ ਭੁਲੇਖੇ 'ਚ ਨਾ ਰਹਿ ਜਾਓ ਵੀ ਕਿਤੇ ਦਿੱਲੀ ਵਾਲਾ ਕੰਮ ਹੋਇਆ ਕਰੂਗਾ, ਇਹ ਤਾਂ ਪਾੜ ਕੇ ਲੰਘ ਜਾਣਗੇ, ਇਹ ਕੌਮ ਹੈ। ਪੀਰਾਂ ਕੱਤੀ ਸਿੰਘਾਂ ਦਾ ਜਥਾ ਜਿਹੜਾ ਇਹ ਰਵਾਨਾ ਹੋ ਰਿਹਾ ਹੈ, ਗੱਲਬਾਤ ਜਿਹੜੀ ਉਹ ਕਰਾਂਗੇ ਬਾਈ ਰਾਜ ਖਾਲਸਾ ਸਾਡੇ ਨਾਲ ਮੌਜੂਦ ਨੇ। ਬਾਈ, ਕੱਲ੍ਹ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਨੇ, ਲੱਗ ਰਿਹਾ ਸੀ ਕਿ ਅੱਜ ਜਿਹੜੀ ਕੌਲ ਬਦਲੀ ਜਾਏਗੀ, ਹੋ ਸਕਦਾ ਕਿ ਅੱਜ ਜਥਾ ਨਾ ਭੇਜਿਆ ਜਾਵੇ, ਵੱਖ ਵੱਖ ਤਰ੍ਹਾਂ ਦਾ ਐਲਾਨ ਹੋ ਸਕਦੇ ਨੇ, ਪਰ ਜਿਸ ਤਰ੍ਹਾਂ ਦੇ ਨਾਲ ਅੱਜ ਫਿਰ ਜਥਾ ਰਵਾਨਾ ਕੀਤਾ ਜਾ ਰਿਹਾ, ਪੁਲਿਸ ਦੇ ਵੱਲੋਂ ਕੱਲ੍ਹ ਵਰਗੇ ਪ੍ਰਬੰਧ ਫੇਰ ਨੇ, ਵਾਟਰ ਕੈਨਾਂ ਦੇ ਪ੍ਰਬੰਧ ਨੇ, ਵੱਡੇ ਟਿੱਪਰ ਰੇਤੇ ਦੇ ਭਰਵਾ ਕੇ ਖੜਾ ਦਿੱਤੇ ਗਏ ਨੇ, 4 ਲੇਅਰ ਦੀ ਬੈਰੀਗੇਟਿੰਗ ਆ, ਲੱਗਦਾ ਕਿ ਕੱਲ੍ਹ ਵਰਗੇ ਹਾਲਾਤ ਫਿਰ ਹੋ ਸਕਦੇ ਨਹੀਂ। ਜੇ ਹਾਲਾਤ ਉਹ ਕਰਦੇ ਆ ਤਾਂ ਵੱਗ ਗੱਲ ਹੈ ਬਾਈ, ਹੁਣ ਤੁਸੀਂ ਉੱਥੋਂ ਆਪਾਂ ਸਟੇਜ ਤੋਂ ਲੈ ਕੇ ਇੱਥੇ ਤੱਕ ਆ ਚੁੱਕੇ ਹਾਂ, ਇੱਥੇ ਤੱਕ ਕੋਈ ਐਂ ਦੱਸੋ ਕੋਈ ਮਾੜੀ ਘਟਨਾ ਵਾਪਰੀ ਹੈ? ਅੱਜ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਹਾਂ, ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਯਾਰ ਸਾਡੇ ਸਿੰਘ ਅੰਦਰ ਨੇ, ਉਹਨਾਂ ਨੂੰ ਬਾਹਰ ਕੱਢੋ, ਸਿੰਘ ਬਾਹਰ ਕੱਢ ਦੇਣ ਸਾਰਾ ਕੰਮ ਹੀ ਖਤਮ ਹੋ ਜੇ, ਕਿਉਂ ਇਹ ਬੈਰੀਗੇਡ ਲਾਉਂਦੇ ਆ, ਕਿਉਂ ਸਿੰਘਾਂ ਨੂੰ ਜਾਣ ਬੁੱਝ ਕੇ ਛੇੜਦੇ ਆ। ਹੁਣ ਇਹ ਤਾਂ ਬਾਈ ਉਹ ਗੱਲ ਹੈ, ਹੁਣ ਪਿੰਡਾਂ ਦੇ ਸੱਤੇ ਦੇ ਜਦੋਂ ਡਲਾ ਮਾਰਾਂਗੇ ਤਾਂ ਪਿੰਡ ਦੰਦੀ ਵੱਢੂਗੀ, ਇਹ ਨਾ ਛੇੜਨਾ। ਜਦੋਂ ਅਸੀਂ ਸ਼ਾਂਤਮਈ ਤਰੀਕੇ ਨਾਲ ਉੱਥੇ ਬਹਿ ਕੇ ਜਾ ਕੇ ਜਾਪ ਕਰ ਰਹੇ ਨੇ ਸਿੰਘ, ਕਿਉਂ ਛੇੜਦੇ ਆ ਬਾਈ ਜੀ? ਇਹ ਰੋਜ਼ ਜਾਇਆ ਕਰੂ ਜਥਾ। 307 ਵਰਗੇ ਪਰਚੇ ਦਰਜ ਕੀਤੇ ਗਏ ਨੇ, ਕੱਲ੍ਹ ਦੇ ਪਰਚਿਆਂ 'ਚ ਨਾਮ ਨੇ, 307 ਦੇ ਧਾਰਾ ਦੇ ਅਧੀਨ ਪਰਚੇ ਨੇ। ਇੱਥੇ ਪਤਾ ਲੱਗਦਾ ਬਾਈ ਮਸੰਦਾਂ ਦਾ, ਇਹ ਸਰਕਾਰ ਜੇ ਸਾਡੀ ਹੁੰਦੀ, ਸਿੱਖਾਂ ਦੀ ਹੁੰਦੀ ਤਾਂ ਕੁਛ ਨਹੀਂ ਹੋਣਾ ਸੀ। ਇਹ ਪਤਾ ਲੱਗਦਾ ਕਿ ਇਹ ਕੇਂਦਰ ਦੇ ਦਲਾਲ ਨੇ, RSS ਨਾਲ ਜੁੜੇ ਹੋਏ ਨੇ, ਨਾਗਪੁਰ ਤੋਂ ਚੱਲਦੇ ਆ, ਉਹ ਚਾਹੁੰਦੇ ਆ ਵੀ ਸਿੱਖਾਂ ਦੇ ਪਰਚੇ ਹੋਣ, ਉਹ ਚਾਹੁੰਦੇ ਆ ਵੀ ਸਿੱਖਾਂ ਨੂੰ ਅਸੀਂ ਅੱਤਵਾਦੀ ਕਰਾਰ ਦੇਈਏ, ਉਹ ਚਾਹੁੰਦੇ ਆ ਇੱਥੇ ਦੰਗੇ ਹੋਣ ਅਤੇ BJP ਆ ਕੇ ਸਰਕਾਰ ਬਣਾਵੇ। ਇਹ ਭਗਵੰਤ ਵੀ ਉਹਨਾਂ ਦਾ ਦਲਾਲ ਬਣ ਕੇ ਸਿੱਧ ਹੋ ਰਿਹਾ। ਭਗਵੰਤ, ਅੱਜ ਪੰਜਾਬ ਦਾ ਹੋ ਕੇ ਇਕੱਲੀ ਪੱਗ ਰਹਿ ਗਈ ਹੈ ਸਿਰ 'ਤੇ, ਅੰਦਰੋਂ ਧਰਮ ਨੇ ਬਦਲਾ ਲਿਆ ਅਤੇ ਇਹ ਪੰਜਾਬ ਦਾ ਮੁੱਖ ਮੰਤਰੀ ਅੱਜ ਕੇਂਦਰ ਦੇ ਨਾਲ ਜਾ ਕੇ ਖੜਾ ਹੋ ਗਿਆ ਅਤੇ ਪੰਜਾਬ ਦੀ ਸੰਗਤ ਆ ਖੜੀ ਹੈ ਤੁਹਾਡੇ ਸਾਹਮਣੇ ਬਾਈ ਜੀ। ਸੋ ਵੱਖ ਵੱਖ ਤਰ੍ਹਾਂ ਦੇ ਪਰਚੇ ਨੇ, ਤਕਰੀਬਨ ਕਹਿੰਦੇ ਕਿ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਦੇ ਉੱਤੇ ਪਰਚਿਆਂ 'ਚ ਨਾਮ ਦਰਜ ਹੋਇਆ, ਲੱਗਦਾ ਕਿ ਕੱਲ੍ਹ ਦੇ ਦਿਨ ਤੋਂ ਬਾਅਦ ਜਿਸ ਤਰ੍ਹਾਂ ਪਰਚੇ ਦਰਜ ਹੋਣੇ ਜਾਂ ਘਟਨਾ ਹੋਈ ਆ, ਜੋਸ਼ 'ਚ ਕਮੀ ਆ? ਨਹੀਂ, ਜੋਸ਼ ਤਾਂ ਚੜ੍ਹਦੀ ਕਲਾ 'ਚ ਬਾਈ, ਅੱਜ ਵੀ ਦੇਖ ਸਕਦੇ ਤੁਸੀਂ, ਅੱਜ ਵੀ ਅਸੀਂ ਜਾਵਾਂਗੇ ਤਾਂ ਰੋਜ਼ ਜਾਇਆ ਕਰਾਂਗੇ। ਕਹਿੰਦੇ ਲਗਾਤਾਰ ਜਦੋਂ ਅਸੀਂ ਵੀ ਕੱਲ੍ਹ ਚਲਾ ਰਹੇ ਸੀ, ਕਹਿੰਦੇ ਕਿ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ ਕਿ ਅਜਿਹੇ ਮੋਰਚਿਆਂ ਦੇ ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਅਤੇ ਉਸ ਤੋਂ ਬਾਅਦ ਜਿਹੜਾ ਉਹ ਜਿਹੜੇ ਮਾਂ ਪਿਓ ਨੇ ਬੱਚਿਆਂ ਨੂੰ ਆਉਣ ਤੋਂ ਰੋਕਦੇ ਨੇ, ਜਿਹੜਾ ਇਕੱਠ ਘਟਣ ਲੱਗ ਜਾਂਦਾ। ਇਹ ਹਰ ਮੋਰਚੇ 'ਚ ਹੁੰਦਾ, ਕੋਈ ਵੀ ਮੋਰਚਾ ਉੱਥੇ ਨੌਜਵਾਨਾਂ ਨੂੰ ਭੜਕਾਇਆ ਜਾਂਦਾ ਜਾਣ ਬੁੱਝ ਕੇ, ਵਿੱਚ ਆਪਣੇ ਬੰਦੇ ਛੱਡੇ ਜਾਂਦੇ ਆ, ਗੱਡੀਆਂ ਪੜਾਈਆਂ ਜਾਂਦੀਆਂ ਨੇ, ਉਸ ਤੋਂ ਬਾਅਦ ਪਰਚੇ ਪਾ ਦਿੱਤੇ ਜਾਂਦੇ ਆ ਅਤੇ ਮਾਂ ਪਿਓ ਡਰਨ ਲੱਗ ਜਾਂਦੇ ਆ ਕਿ ਸਾਡੇ ਮੁੰਡਿਆਂ ਨੂੰ ਕਿਤੇ ਉੱਥੇ ਜਾ ਕੇ ਕੁਛ ਹੋ ਨਾ ਜਾਵੇ। ਪਰ ਮੈਂ ਇਹ ਸਰਕਾਰ ਨੂੰ ਦੱਸਦਾ ਵੀ ਇਹ ਮੋਰਚਾ ਜਿਹੜਾ ਇਹ ਕਾਮਰੇਡਾਂ ਦਾ ਨਹੀਂ, ਇਹ ਮੋਰਚਾ ਕੌਮ ਦਾ, ਸਿੱਖ ਕੌਮ ਦਾ। ਕਿਤੇ ਤੁਸੀਂ ਭੁਲੇਖੇ 'ਚ ਨਾ ਰਹਿ ਜਾਓ ਵੀ ਕਿਤੇ ਦਿੱਲੀ ਵਾਲਾ ਕੰਮ ਹੋਇਆ ਕਰੂਗਾ, ਇਹ ਤਾਂ ਪਾੜ ਕੇ ਲੰਘ ਜਾਣਗੇ, ਇਹ ਕੌਮ ਹੈ। ਸਾਡਾ ਤਾਂ ਇੱਕ ਸਿੰਘ 1.25 ਲੱਖ ਨਾਲ ਲੜਾਇਆ ਹੋਇਆ ਗੁਰੂ ਨੇ, ਜੋਸ਼ ਹੈ ਅਤੇ ਨਾ ਸਾਡੇ, ਅਸੀਂ ਪਰਚਿਆਂ ਤੋਂ ਡਰਦੇ ਹਾਂ ਨਾ ਅਸੀਂ ਕੁਰਬਾਨੀਆਂ ਤੋਂ ਡਰਦੇ ਹਾਂ। ਜਾਨਾਂ ਜਾਂਦੀਆਂ ਨੇ, ਜਾਣ ਦਿਓ, ਕੁਛ ਮਰਜ਼ੀ ਕਰ ਲਓ, ਵੱਢ ਦਿਓ, ਟੁੱਕ ਦਿਓ, ਗੋਲੀਆਂ ਮਾਰ ਦਿਓ ਯਾਰ, ਪਰ ਅਸੀਂ ਪਿੱਛੇ ਨਹੀਂ ਹਟਦੇ, ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਹਟਾਂਗੇ, ਕੁਛ ਮਰਜ਼ੀ ਕਰ ਲਈ ਸਰਕਾਰ।